ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ। ਮੈਂ ਹਾਂ ਰਵਿੰਦਰ ਸਿੰਘ ਬੱਧਨ। ਕੱਲ੍ਹ ਹੁਸ਼ਿਆਰਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ, ਇੱਕ ਪੰਜਾਬ ਰੋਡਵੇਜ਼ 'ਤੇ ਜ਼ੋਮੈਟੋ ਡਿਲੀਵਰੀ ਗਾਏ ਦੀ ਇੱਕ ਆਪਸ ਵਿੱਚ ਟੱਕਰ ਹੋ ਜਾਂਦੀ ਹੈ, ਜਿਸ ਵਿੱਚ ਜ਼ੋਮੈਟੋ ਵਾਲੇ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਭੰਨਿਆ ਜਾਂਦਾ ਹੈ। ਬੱਸ ਦੇ ਟਰੱਕ ਥੱਲੇ ਆ ਕੇ ਪੂਰੀ ਤਰ੍ਹਾਂ ਮੋਟਰਸਾਈਕਲ ਤਬਾਹ ਹੋ ਜਾਂਦਾ ਹੈ। ਮੌਕੇ 'ਤੇ ਪੁਲਿਸ ਇਕੱਠੀ ਹੁੰਦੀ ਹੈ ਤਾਂ ਇਸੇ ਦੌਰਾਨ ਬੱਸ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ। ਬੱਸ ਵਾਲੇ ਦਾ ਕਹਿਣਾ ਹੈ ਕਿ ਨੌਜਵਾਨ ਗਲਤ ਪਾਸਿਓਂ ਆਇਆ ਅਤੇ ਸਿੱਧਾ ਆਉਂਦੇ ਹਾਦਸਾ ਵਾਪਰ ਗਿਆ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਉਸ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ, ਜਿਸ ਨੌਜਵਾਨ ਦਾ ਮੋਟਰਸਾਈਕਲ ਇਸ ਸਾਰੇ ਮਾਮਲੇ ਵਿੱਚ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਨੌਜਵਾਨ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਨਜੋਤ ਸਿੰਘ 20 ਸਾਲ ਦਾ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਹੈ। ਇਹ ਹਾਦਸਾ ਵਾਪਰਦਾ ਹੈ ਜਿਸ ਤੋਂ ਬਾਅਦ ਪਰਿਵਾਰ ਹੋਰ ਜ਼ਿਆਦਾ ਲਾਚਾਰ ਹੋ ਜਾਂਦਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਨਜੋਤ ਸਿੰਘ ਦੀ ਮਦਦ ਕੀਤੀ ਜਾਵੇ, ਕਿਉਂਕਿ ਉਹ ਇਕਲੌਤਾ ਕਮਾਈ ਕਰਨ ਵਾਲਾ ਘਰ ਦਾ, ਉਸਦੇ ਪਿਤਾ ਦੀ ਵੀ ਕੁਝ ਦੇਰ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਕਾਰਨ ਮਨਜੋਤ ਸਿੰਘ ਦੇ ਮੋਢਿਆਂ ਦੇ ਉੱਤੇ ਜ਼ਿਆਦਾ ਜ਼ੋਰ ਆ ਗਿਆ ਹੈ, ਹਰ ਪਾਸੇ ਉਸ ਨੂੰ ਧਿਆਨ ਰੱਖਣਾ ਪੈਂਦਾ ਹੈ। ਪਰ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ, ਪਰਿਵਾਰ ਦਾ ਕਹਿਣਾ ਹੈ ਕਿ ਬੱਸ ਵਾਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ, ਜਦਕਿ ਬੱਸ ਵਾਲੇ ਦਾ ਇਲਜ਼ਾਮ ਹੈ ਕਿ ਨੌਜਵਾਨ ਗਲਤ ਪਾਸਿਓਂ ਆ ਰਿਹਾ ਸੀ ਅਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ। ਆਓ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸੁਣਦੇ ਹਾਂ, ਜੋ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਹੁਣ ਗੱਲ ਆਖ ਰਹੇ ਨੇ। ਜਸਪਾਲ ਕੌਰ। ਕਿੱਥੋਂ ਦੇ ਰਹਿਣ ਵਾਲੇ ਹੋ? ਨਸਰ ਵਾਲੇ ਦੇ। ਠੀਕ ਹੈ ਜੀ। ਇਹ ਬੇਟੇ ਦਾ ਕੀ ਨਾਮ ਹੈ? ਮਨਜੋਤ ਸਿੰਘ। ਠੀਕ ਹੈ। ਇਹ ਕਿੰਨੀ ਉਮਰ ਹੈ? 20 ਸਾਲ। ਠੀਕ ਹੈ ਜੀ। ਇਹ ਕਿੱਥੇ ਕੰਮ ਕਰਦਾ ਸੀ ਮਾਤਾ ਜੀ? ਜ਼ੋਮੈਟੋ ਵਾਲਿਆਂ ਦੇ। ਹਾਂਜੀ ਹਾਂਜੀ। ਤੇ ਕਦੋਂ ਤੋਂ ਕੰਮ ਕਰਦਾ ਸੀ? 2 ਹਫ਼ਤਿਆਂ ਤੋਂ। 2 ਹਫ਼ਤਿਆਂ ਤੋਂ। ਕੀ ਗੱਲ ਹੋਈ ਸੀ ਕੱਲ ਮਾਤਾ ਜੀ? ਕੱਲ ਬੱਸ ਵਾਲੇ ਨੇ ਮਾਰੀ ਬਾਈਕ ਦੇ, ਬੱਸ ਸ਼ਰਾਬ ਪੀਤੀ ਸੀ ਬੱਸ ਵਾਲੇ ਨੇ, ਤੇਜ਼ ਬੱਸ ਲਿਆ ਭਜਾ ਕੇ ਅਤੇ ਬਾਈਕ ਉੱਤੇ ਲੈ ਗਿਆ। ਕੋਈ ਨਹੀਂ ਕੋਈ ਨਹੀਂ ਮਾਤਾ ਜੀ, ਤੁਸੀਂ ਭਰੋਸਾ ਰੱਖੋ, ਕੋਈ ਗੱਲ ਨਹੀਂ। ਅਤੇ ਹੁਣ ਘਰ ਦੇ ਕੀ ਹਾਲਾਤ ਆ ਮਾਤਾ ਜੀ? ਘਰ ਦੇ ਕੀ ਹਾਲਾਤ ਆ ਮਾਤਾ ਜੀ? ਮਾਤਾ ਜੀ ਘਰ ਦੇ ਕੀ ਹਾਲਾਤ? ਹਾਲਾਤ ਦੇ ਪਤੀ ਤਾਂ ਮੇਰੇ ਹੈ ਨਹੀਂ ਕਿ ਮਨਜੋਤ ਦੇ ਸਿਰ 'ਤੇ ਸੀ, ਘਰ ਦਾ ਗੁਜ਼ਾਰਾ ਚੱਲਦਾ। ਮਨਜੋਤ ਕਿਆ ਕਰਦਾ ਜੀ? ਪੜ੍ਹਦਾ ਜੀ? ਪੜ੍ਹਦਾ ਵੀ ਆ ਬਠਿੰਡੇ ਅਤੇ ਥੋੜ੍ਹੇ ਕੁ ਚਿਰ 2 ਹਫ਼ਤਿਆਂ ਤੋਂ ਆਇਆ ਸੀਗਾ, ਛੁੱਟੀਆਂ ਸੀਗੀਆਂ। ਕੋਈ ਤੁਹਾਡੇ ਹੋਰ ਬੱਚੇ ਵੀ ਹੈ? ਇਕੱਲਾ ਹੀ। ਇੱਕੋ ਹੀ ਬੇਟਾ ਜੀ? ਹਾਂਜੀ। ਅਤੇ ਇਹ ਪੇਪਰ ਖਤਮ ਕਰਕੇ ਆਇਆ ਸੀਗਾ? ਹਾਂਜੀ। ਕੰਮ ਕਰਦਾ ਸੀਗਾ? ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ, ਪ੍ਰਸ਼ਾਸਨ ਨੂੰ ਜਾਂ ਜਿਹੜੇ ਸਮਾਜ ਸੇਵੀ ਨੇ? ਸਾਡੀ ਮਦਦ ਕੀਤੀ ਜਾਵੇ, ਮੇਰਾ ਬੱਚਾ ਠੀਕ ਹੋ ਜਾਵੇ। ਇਹਦੇ ਸਾਹਮਣੇ ਦੇਖੋ ਰੋਲ। ਕਿਆ ਨਾਮ ਹੈ ਤੁਹਾਡਾ? ਮੇਰਾ ਭਾਅ ਜੀ ਗੌਰਵ ਆ। ਗੌਰਵ ਜੀ, ਮਨਜੋਤ ਕਿਆ ਲੱਗਦਾ ਤੁਹਾਡਾ? ਮਨਜੋਤ ਆਪਣਾ ਫਰੈਂਡ ਹੀ ਹੈ ਭਾਅ ਜੀ। ਤੁਹਾਡੇ ਨਾਲ ਕੰਮ ਕਰਦਾ? ਹਾਂ, ਜਿੱਦਾਂ ਮੈਂ ਅਸੀਂ ਪਾਰਟ ਟਾਈਮ ਆਉਂਦੇ ਹਾਂ ਨਾ, ਜਾਂ ਕਦੀ ਉੱਦਾਂ ਦਾ ਉਹਦੇ 'ਚ ਆਉਂਦਾ ਹੈ ਸਾਡਾ ਜ਼ੋਮੈਟੋ 'ਚ। ਅਤੇ ਹਾਂਜੀ। ਅਤੇ ਕੀ ਹਾਲਾਤ ਨੇ ਘਰ? ਹਾਲਾਤ ਭਾਅ ਜੀ ਬਹੁਤ ਮਾੜੇ ਆ, ਤੁਸੀਂ ਦੇਖ ਹੀ ਸਕਦੇ ਮਾਤਾ ਜੀ ਨੂੰ ਜਿਵੇਂ ਹੈ ਨਾ, ਅਤੇ ਤਦੇ ਅਸੀਂ ਸਾਰੇ ਜਣੇ ਖੜ੍ਹੇ ਅਤੇ ਕਹਿੰਦੇ ਜਿੰਨੀ ਸਪੋਰਟ ਕਰ ਸਕਦੇ ਕਰੋ, ਕਿਉਂਕਿ ਗੌਰਮੈਂਟ ਦੀ ਬੱਸ ਆ, ਜਿੰਨਾ ਐਕਸੀਡੈਂਟ ਹੋਇਆ ਠੀਕ ਆ ਜੀ, ਉਹ ਤਾਂ ਆਪਣੀ ਗਲਤੀ ਮੰਨ ਨਹੀਂ ਰਹੇ, ਉਹ ਤਾਂ ਕਹਿ ਰਹੇ ਕਿ ਮੁੰਡਾ ਗਲਤ ਆ ਜੀ, ਮੁੰਡਾ ਅਸੀਂ ਮੰਨਦੇ, ਚਲੋ ਉਹਨਾਂ ਨੇ ਕਿਹਾ ਰੋਂਗ ਸਾਈਡ ਆਇਆ ਸੀ, ਇੰਨੀ ਗੱਲ ਮੰਨਦੇ ਆ ਜੀ, ਕਿਉਂਕਿ ਰੋਂਗ ਸਾਈਡ ਸੀਗਾ, ਪਰ ਡਰਾਈਵਰ ਵੀ ਸਿੱਧੀ ਬੱਸ ਲੈ ਕੇ ਆ ਰਿਹਾ, ਉਹਨੂੰ ਇੰਨਾ ਤਾਂ ਦੇਖ ਰਿਹਾ ਕਿ ਮੇਰੇ ਸਾਹਮਣੇ ਕੋਈ ਆ ਰਿਹਾ ਨਾ, ਉਹਨੇ ਦੇਖਿਆ ਨਹੀਂ। ਅਗਰ ਚਲੋ ਠੀਕ ਆ, ਅਸੀਂ ਇਹ ਵੀ ਮੰਨਦੇ ਹਾਂ ਕਿ ਉਹ ਸਾਹਮਣੇ ਆ ਵੀ ਗਿਆ ਨਾ, ਅਗਰ ਮੁੰਡਾ ਵੀ ਤੇਜ਼ ਹੁੰਦਾ ਤਾਂ ਇੰਨੀ ਬਾਈਕ ਬੱਸ ਦੇ ਥੱਲੇ ਨਹੀਂ ਪੜਨੀ ਸੀ ਜਿੰਨੀ ਬੜ ਗਈ, ਔਰ ਬੱਸ ਕਾਫੀ ਘੜੀਸ ਕੇ ਵੀ ਲੈ ਕੇ ਗਈ ਆ ਠੀਕ ਹੈ। ਉਹਦਾ ਸਿਰ ਵੀ ਡੈਮੇਜ ਹੋਇਆ, ਉਹਦੇ ਪੈਰ ਦੀਆਂ ਹੱਡੀਆਂ ਟੁੱਟ ਚੁੱਕੀਆਂ, ਲੜਕੇ ਦੀਆਂ ਚੈਸਟ ਵੀ ਹੱਡੀ ਟੁੱਟ ਚੁੱਕੀ ਆ। ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ, ਡਾਕਟਰ ਸਾਹਿਬ ਕਹਿੰਦੇ ਦੇਖੋ ਜੀ 6 ਤੋਂ 7 ਦਿਨ ਤਾਂ ਹਲੇ ਹੋਸ਼ ਆਉਣ ਨੂੰ ਲੱਗਣਗੇ ਜੀ, ਹੋਸ਼ ਆਉਣ ਤੋਂ ਬਾਅਦ ਅਸੀਂ ਦੱਸ ਸਕਦੇ ਕਿ ਲੜਕੇ ਦੀ ਕੀ ਕੰਡੀਸ਼ਨ ਆ ਠੀਕ ਹੈ ਜੀ। ਹਲੇ ਉਹ ਲੜਕੇ ਨਾਲ ਕੁਛ ਨਹੀਂ ਕਰ ਰਹੇ, ਲੜਕਾ ਐਡਮਿਟ ਪਿਆ ਆ, ਸੀਰੀਅਸ ਹੈ।
ਘਰ ਦੇ ਬਹੁਤ ਮਾੜੇ ਹਾਲਾਤ ਆ, ਫਾਦਰ ਸਾਹਿਬ ਹੈ ਨਹੀਂ, ਮਾਮਾ ਜੀ ਉਹਨਾਂ ਦੀ ਲੱਤ ਕੱਟੀ ਹੋਈ ਆ, ਉਹ ਉਹਤੇ ਆਏ ਚੇਅਰ ਕਾਰ 'ਤੇ, ਮਦਰ ਜੀ ਆ, ਮਦਰ ਜੀ ਉੱਦਾਂ ਨਹੀਂ ਹੈਗੇ, ਠੀਕ ਆ ਜੀ, ਉਹ ਕਿਸੇ ਨਾਲ ਬੋਲ ਨਹੀਂ ਰਹੇ, ਰਾਤ ਦੀ ਰੋਟੀ ਨਹੀਂ ਖਾਧੀ, ਕੁਛ ਵੀ ਨਹੀਂ ਖਾਧਾ ਪੀਤਾ ਜੀ, ਅਸੀਂ ਤਾਂ ਇਹੀ ਮੰਗ ਚਾਹੁੰਦੇ ਕਿ ਜਿੰਨੀ ਤੋਂ ਜਿੰਨੀ ਇਹਨਾਂ ਦੀ ਹੈਲਪ ਹੋ ਸਕਦੀ ਉੱਨੀ ਕੀਤੀ ਜਾਵੇ, ਸਾਡੇ ਵੱਲੋਂ ਜਿੰਨੀ ਹੋਏਗੀ ਅਸੀਂ ਕਰਾਂਗੇ, ਬਾਕੀ ਬੱਸ ਵਾਲਿਆਂ ਨੂੰ ਕਿਹਾ ਜਾਵੇ, ਠੀਕ ਆ ਸਰ, ਪੰਜਾਬ ਰੋਡਵੇਜ਼ ਦੀ ਬੱਸ ਆ, ਤੁਹਾਨੂੰ ਪਤਾ ਹੀ ਹੈ ਬਾਕੀ ਜੀ। ਸਰ ਬੱਸ ਵਾਲਾ 5 ਮਿੰਟ ਆਇਆ ਸੀਗਾ, ਉਹ ਵੀ ਆ ਕੇ ਆਪਣਾ ਗੱਲ ਗੁੱਲ ਕਰਕੇ ਜਿੱਦਾਂ ਕਹਿ ਲਓ ਕਿ ਆਪਣੀ ਕਾਰਵਾਈ ਪਾਉਣ ਆਉਂਦਾ ਨਾ ਬੰਦਾ, ਮੈਨੂੰ ਤਾਂ ਉਹ ਵੀ ਡਰਿੰਕ 'ਚ ਲੱਗ ਰਿਹਾ ਸੀ, ਠੀਕ ਆ ਸਰ, ਮੈਂ ਤਾਂ ਸਾਫ਼ ਕਹਿੰਦਾ ਜੀ, ਜਿਹੜੀ ਜੀ ਗੱਲ ਹੈਗੀ, ਬਾਕੀ ਰੱਬ ਲੋਕ ਹੈ ਕਿ ਹੈ ਜਾਂ ਨਹੀਂ ਅਸੀਂ ਉਹ ਕਹਿ ਨਹੀਂ ਸਕਦੇ, ਹੈ ਨਾ, ਅਤੇ ਬਾਕੀ ਰਹੀ ਗੱਲ ਸਰ ਪੁਲਿਸ ਵਾਲਾ ਇਸ ਵੇਲੇ ਕੋਈ ਵੀ ਨਹੀਂ ਆਇਆ, ਫੋਨ ਆਏ ਆ ਸਰ, ਫੋਨਾਂ 'ਤੇ ਗੱਲ ਹੋ ਰਹੀ ਆ, ਫੋਨਾਂ 'ਤੇ ਸਰ ਗੱਲ ਕਰਨ ਦਾ ਕੀ ਫਾਇਦਾ, ਅਗਰ ਫੋਨ 'ਤੇ ਹੀ ਗੱਲ ਕਰਨੀ ਹੋਵੇ ਅਸੀਂ ਲੜਕੇ ਨੂੰ ਕਿਉਂ ਹੋਸਪਿਟਲ ਲਿਆਈਏ, ਫਿਰ ਤਾਂ ਅਸੀਂ ਸਾਰਾ ਉੱਥੇ ਚੀਜ਼ ਕਰ ਲਈਏ। ਇਹ ਸਰ ਨਾਰਦ ਦੇ ਹਾਂਜੀ। ਹੁਣ ਪਰਿਵਾਰ ਨੇ ਮਦਦ ਦੀ ਵੀ ਗੁਹਾਰ ਲਗਾਈ ਹੈ ਕਿ ਮਨਜੋਤ ਸਿੰਘ ਇੰਨਾ ਸਮਰਥ ਨਹੀਂ ਹੈ ਕਿ ਦੁਬਾਰਾ ਤੋਂ ਮੋਟਰਸਾਈਕਲ ਖਰੀਦ ਸਕੇ ਅਤੇ ਆਪਣਾ ਕੰਮ ਸ਼ੁਰੂ ਕਰ ਸਕੇ, ਇੱਥੋਂ ਤੱਕ ਇਲਾਜ ਕਰਵਾਉਣ ਲਈ ਵੀ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈ, ਤਾਂ ਉਹਨਾਂ ਨੇ ਸਮਾਜ ਸੇਵੀਆਂ ਅਤੇ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਹੈ ਕਿ ਮਨਜੋਤ ਸਿੰਘ ਅਤੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਹੁਣ ਤੁਸੀਂ ਫੈਸਲਾ ਕਰੋ ਕਿ ਇਸ ਪੰਜਾਬੀ ਦੀ ਕਿਸ ਤਰੀਕੇ ਨਾਲ ਮਦਦ ਕੀਤੀ ਜਾਵੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਔਨ ਏਅਰ।